ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਸੋਹਣੇ ਹੋ। ਕੱਲ੍ਹ ਸ਼ਾਰਟ ਵੀ ਪਾਇਆ ਸੀ ਅਤੇ ਅੱਜ ਇੱਕ ਵੀਡੀਓ। ਮੈਂ ਕਿਹਾ ਵੀ ਯਾਰ ਬਹੁਤ ਇੰਪੋਰਟੈਂਟ ਚੀਜ਼ ਹੈ, ਦੱਸੀਏ ਗੱਲਾਂ। ਜਿਹੜਾ ਤੁਸੀਂ ਤੇਲ ਸਿੱਟੀ ਜਾਂਦੇ ਹੋ ਨਾ ਟੈਂਕੀਆਂ 'ਚ, ਉਹ ਗੱਲਾਂ ਚੱਲੀਆਂ ਗਈਆਂ ਬ੍ਰਦਰ, ਉਹਨੂੰ ਬੰਦ ਕਰ ਦਿਉ ਪਲੀਜ਼। ਆ ਜਾਓ ਫਿਰ ਦੱਸ ਦਿਆਂ ਗੱਲ। ਪਹਿਲਾਂ ਦਾ ਕੀ ਦੌਰ ਹੁੰਦਾ ਸੀ, ਵਕਤ ਹੋਰ ਸੀ। ਨੋ ਡਾਊਟ ਉਹ ਇੰਜੈਕਟਰ ਨੋਜ਼ਲਾਂ ਵੀ ਫੁਆਰਾ ਬਣਾ ਕੇ ਮਾਰਦੀਆਂ ਸੀ, ਜੇ ਅੱਗੇ ਉਂਗਲ ਲਾ ਦੇਣ ਆਰ ਪਾਰ ਕੱਢ ਦਿੰਦੀ ਹੁੰਦੀ ਸੀ। ਪਰ ਜਿਹੜੇ ਅੱਜ ਦੇ ਇੰਜੈਕਟਰ ਆ ਗਏ ਜਾਂ ਹੁਣ ਦੀਆਂ ਨੋਜ਼ਲਾਂ BS3 ਦੀਆਂ ਵੀ ਨੇ, ਭਾਵੇਂ BS4 ਤਾਂ ਚਲੋ ਅੱਗੇ ਵਾਲੀ ਕਾਮਨ ਰੇਲ ਹੋ ਗਈ, ਇਹਨਾਂ 'ਚ ਨਾ ਜਿਹੜਾ ਤੁਸੀਂ ਟੈਂਕ 'ਚ ਮੋਬਿਲ ਆਇਲ ਕੋਈ ਵੀ ਤਰ੍ਹਾਂ ਦਾ ਇੰਜਨ ਆਇਲ, ਟਰਾਂਸਮਿਸ਼ਨ ਆਇਲ ਚੱਕ ਕੇ ਆਪਾਂ ਮੁਗਲਾਇਲ ਕਹਿ ਕੇ ਵਿੱਚ ਸਿੱਟ ਦਿੰਦੇ ਹਾਂ, ਉਹ ਬ੍ਰਦਰ ਪਹਿਲਾਂ ਵੀ ਕੋਈ ਲੋੜ ਨਹੀਂ ਸੀ, ਉਹਦੀ ਅੱਜ ਵੀ ਕੋਈ ਲੋੜ ਨਹੀਂ। ਡੀਜ਼ਲ ਇੱਕ ਵੱਖਰੇ ਤਰ੍ਹਾਂ ਦਾ ਫਿਊਲ ਆ, ਉਹ ਡੀਜ਼ਲ ਵਾਸਤੇ, ਡੀਜ਼ਲ ਵਿੱਚ ਦੀ ਲੰਘਣ ਵਾਸਤੇ ਡਿਜ਼ਾਈਨ ਹੋਈਆਂ ਨੇ, ਨਾ ਕਿ ਮੋਬਿਲ ਆਇਲ ਲੰਘਣ ਲਈ। ਪਾ ਦਿੰਦੇ ਸੀ ਉਹ ਪੁਰਾਣੀਆਂ ਨਿਊਜ਼ਲਾਂ, ਕਿਸੇ ਹੱਦ ਤੱਕ ਉਹਨੂੰ ਝੱਲ ਲੈਂਦੀਆਂ ਸੀ। ਪਰ ਜਿਹੜਾ ਅੱਜ ਵਾਲਾ ਯੁੱਗ ਹੈ, ਜੇ ਤੁਸੀਂ ਅੱਜ ਕਿਸੇ ਨੇ ਇਹਦੇ ਵਿੱਚ ਪਾਤਾ, ਉਹ ਇੰਨੇ ਨੈਨੋ ਸੁਰਾਖ ਹੁੰਦੇ ਨੇ ਨਾ ਇੰਜੈਕਟਰਾਂ ਦੇ, ਪਹਿਲੀ ਤਾਂ ਗੱਲ ਆ ਰੇਲ ਇਹ ਫਟ ਸਕਦੀ ਆ। ਰੀਸੈਂਟ ਇੱਕ ਕਾਂਡ ਹੋਇਆ, ਮੈਂ ਜਿਹਦੀ ਤੁਹਾਨੂੰ ਡਿਟੇਲ ਵੀ ਦਿੰਦਾ। ਬੰਦਿਆਂ ਨੇ CRDA ਟਰੈਕਟਰ ਸੀ, ਜੌਂਡੀਅਰ ਚਾਹੇ ਸਵਰਾਜ ਆ, ਜਿਹੜਾ ਮਰਜ਼ੀ ਆ, ਮੁਗਲਾਇਲ ਪੈਣ ਲਈ ਬਣੇ ਹੀ ਨਹੀਂ। ਆਹ ਰਾਜਸਥਾਨ ਦੀ ਘਟਨਾ, ਉਹਨਾਂ ਨੇ ਮੋਬਿਲ ਆਇਲ ਸਿੱਟਤਾ 2 ਲੀਟਰ ਟੈਂਕ 'ਚ, ਪਤਾ ਨਹੀਂ ਕੀ ਸੋਚ ਕੇ ਸਿੱਟਿਆ ਰੱਬ ਜਾਣੇ। ਪਹਿਲਾਂ ਤਾਂ ਰੇਲ ਫਟੀ, ਰੇਲ ਇਹੀ ਜੀ ਇੱਕ ਚੀਜ਼ ਆ ਜਿਹੜੀ ਉਹ ਭੂਕਣੀ ਜੀ ਲੱਗੀ ਵੀ ਆ ਕਾਰਾਂ ਦੇ ਉੱਤੇ ਨਾ। ਇੱਥੇ ਤਾਂ ਨਹੀਂ ਦਿੰਦੇ ਵਾਰਨਿੰਗ, ਯੂਜ਼ਰ ਮੈਨੂਅਲ ਪੜ੍ਹ ਲਿਓ ਕਿਸੇ ਕਾਰ ਦਾ ਬਲੈਕ 'ਚ, ਇੱਥੇ ਵੀ ਹੁੰਡਾਈ 'ਤੇ ਹੁੰਦੀ ਆ ਵਾਰਨਿੰਗ, ਕੋਈ ਕੋਈ ਦਿੰਦਾ ਇੱਥੇ ਕਿ ਬੋਨਟ ਖੋਲ੍ਹ ਕੇ ਰੇਲ ਦੇ ਕੋਲ ਮੂੰਹ ਕਰਕੇ ਨਾ ਖੜੋ, ਹਾਈ ਪ੍ਰੈਸ਼ਰ ਹੈ ਇੱਥੋਂ, ਜੇ ਰੇਲ ਫਟ ਗਈ ਬੰਦ ਮੂੰਹ ਪਾੜ ਦੂਗੀ ਬੰਦੇ ਦਾ, ਇੰਨਾ ਪ੍ਰੈਸ਼ਰ ਆ 1600, 1700, 2700, 2400, 2400 PSI ਦਾ। ਕੀ ਹੋਇਆ, ਉਹਨਾਂ ਨੇ ਮੋਬਿਲ ਆਇਲ ਪਾਇਆ, ਰੇਲ ਫਟੀ, ਰੇਲ ਫਟ ਕੇ ਟਰੈਕਟਰ ਦੀ ਬੋਨਟ ਫਟ ਗਈ, ਗਲੀ ਨਿਕਲ ਗਈ ਬੋਨਟ 'ਚੋਂ। ਤੁਸੀਂ ਹਿਸਾਬ ਲਾ ਲਓ ਕਿੰਨਾ ਕੁ ਰੇਲ ਦਾ ਪ੍ਰੈਸ਼ਰ ਹੋਊਗਾ, ਇੰਨੀ ਮਤਲਬ ਕਿ ਉੱਥੇ ਤੇਜ਼ ਪ੍ਰੈਸ਼ਰ ਆ। ਉਹ ਥਿਨ ਜਿਹੜਾ ਪਤਲਾ ਡੈਂਸਿਟੀ ਦਾ ਡੀਜ਼ਲ ਆ, ਉਹਨੂੰ ਪਾਸ ਆਊਟ ਹੋਣ ਲਈ ਉਹ ਬਣੀ ਹੋਈ ਆ। ਜਦੋਂ ਤੁਸੀਂ ਉੱਥੇ ਮੋਬਿਲ ਆਇਲ ਪਾ ਦਿੰਦੇ ਹੋ ਨਾ, ਉਹ ਬਹੁਤ ਗਾੜਾ ਹੋ ਜਾਂਦਾ, ਇੰਜੈਕਟਰਾਂ ਵਿੱਚ ਦੀ ਲੰਘਿਆ ਨਹੀਂ ਉਹ ਤੋਂ ਜਾਂਦਾ, ਜਾਂ ਰੇਲ ਫਟ ਜਾਂਦੀ ਆ ਜਾਂ ਇੰਜੈਕਟਰ ਫਟ ਜਾਂਦੇ ਨੇ। ਸੋ ਮੇਰੀ ਹੱਥ ਬੰਨ ਕੇ ਬੇਨਤੀ ਆ, ਜੋ ਆਪਾਂ ਕਰ ਲਿਆ ਲੰਘ ਗਿਆ ਇੱਕ ਵੇਲਾ, ਉਹਨੂੰ ਦਈਏ ਛੱਡ। ਕਿਸੇ ਵੀ ਟਰੈਕਟਰ ਦੇ ਵਿੱਚ ਅੱਜ, ਕਿਸੇ ਵੀ ਡੀਜ਼ਲ ਇੰਜਣ ਦੇ ਵਿੱਚ ਅੱਜ ਮੋਬਿਲ ਆਇਲ ਟੈਂਕ 'ਚ ਬਿਲਕੁਲ ਨਹੀਂ ਪਾਉਣਾ ਚਾਹੀਦਾ। ਨਾ ਪਾਓ ਮੋਬਿਲ ਆਇਲ, ਉਹ ਤੁਹਾਡੀ ਨਿਊਜ਼ਲਾਂ ਨੂੰ ਤਾਂ ਖਰਾਬ ਕਰੂਗਾ ਹੀ। ਜਿਹੜੇ CRDA ਨੇ ਉਹਨਾਂ ਦੀ ਰੇਲ ਵੀ ਫਟ ਸਕਦੀ ਆ। ਮੈਂ ਤੁਹਾਨੂੰ ਆ ਜਾਓ ਨੇੜੇ ਥੋੜ੍ਹਾ ਜਿਹਾ ਦਿਖਾ। ਰੇਲ ਆ ਨਾ, ਕਾਮਨ ਰੇਲ ਜਿਹਨੂੰ ਆਪਾਂ ਕਾਮਨ ਰੇਲ ਕਹਿੰਦੇ ਹਾਂ, ਰੇਲ ਆ ਇਹ 'ਚ ਇੰਨਾ ਪ੍ਰੈਸ਼ਰ ਹੁੰਦਾ, ਜਦੋਂ ਅੱਗੇ ਇੰਜੈਕਟਰਾਂ 'ਚ ਹੁਣ ਮੋਬਿਲ ਆਇਲ ਆਪਾਂ ਪਾਤਾ, ਇੰਜੈਕਟਰਾਂ ਦੀ ਲੰਘ ਹੀ ਨਹੀਂ ਰਿਹਾ, ਜਾਂ ਤਾਂ ਪਾਈਪਾਂ ਪਾੜੂਗੀ ਜਾਂ ਰੇਲ ਫਟ ਜੂਗੀ ਜਾਂ ਇੰਜੈਕਟਰ ਹੀ ਡੈਮੇਜ ਹੋ ਜਾਣਗੇ। ਆਹ ਇੰਜੈਕਟਰਾਂ ਦੇ ਵਿੱਚ 6-6 ਬਹੁਤ ਹੀ ਨੈਨੋ ਸੁਰਾਖ ਨੇ, ਇੰਨੇ ਕੁ ਪਤਲੇ ਨੇ, ਉਹ ਡੀਜ਼ਲ ਹੀ ਉੱਥੇ ਦੀ ਮਸਾਂ ਲੰਘਦਾ, ਇੰਨਾ ਉੱਥੇ ਪ੍ਰੈਸ਼ਰ ਆ, ਮਤਲਬ ਕਿ ਇੰਨਾ ਇਹੋ ਜਿਹਾ ਮਿਕਸਚਰ ਹੁੰਦਾ, ਡੀਜ਼ਲ ਦੀਂਦਾ ਹੀ ਨਹੀਂ, ਭਾਫ ਹੀ ਬਣ ਜਾਂਦੀ ਹੈ, ਇੰਨੇ ਪਤਲੇ, ਉੱਥੇ ਦੀ ਮਗਲਾਇਲ ਕਿਵੇਂ ਲੰਘਾਉਂਗੇ ਯਾਰ। ਸੋ CRDA ਦੇ ਵਿੱਚ ਕਦੇ ਭੁੱਲ ਕੇ ਵੀ ਟੈਂਕ 'ਚ ਮੋਬਿਲ ਆਇਲ ਜਾਂ ਟਰਾਂਸਮਿਸ਼ਨ ਆਇਲ ਤੁਸੀਂ ਚੱਕ ਕੇ ਜੋ ਵੀ ਪਾਉਂਦੇ ਹੋ, ਕਦੇ ਨਹੀਂ ਪਾਉਣਾ ਚਾਹੀਦਾ। ਇਹ ਤੋਂ ਬਾਅਦ ਭਾਵੇਂ ਕੋਈ ਦੂਜਾ ਟਰੈਕਟਰ ਇੱਥੇ ਆ ਮੁੰਡਿਆਂ ਦਾ ਖੜਾ ਜੌਂਡੀਅਰ, ਉਹਦਾ ਵੀ ਦਿਖਾਉਣਾ, ਉਹਦੇ ਵੀ ਇੰਜੈਕਟਰਾਂ ਦੇ ਵਿੱਚ ਦੀ ਤੇਲ ਧੂਲ ਨਹੀਂ ਲੰਘਦਾ। ਜੇ ਆਪਾਂ ਤੁਸੀਂ ਕਹੋ ਲੰਘਦੀਆਂ ਨੋਜ਼ਲਾਂ ਵੀ ਲਾਈਏ, ਜਿਹੜੀਆਂ ਆਹ ਨੋਜ਼ਲਾਂ ਨੇ, ਇਹਨਾਂ ਦੇ ਵੀ ਘੱਟੋ ਘੱਟ 4-4, 5-5, 6-6 ਸੁਰਾਖ ਨੇ, 6-6 ਸੁਰਾਖੀਆਂ ਵੀ ਆਉਂਦੀਆਂ ਨੇ ਹੁਣ ਇਹ, ਇਹਨਾਂ ਦੀਆਂ ਵੀ ਇੰਨੀਆਂ ਮਤਲਬ ਕਿ ਪਤਲੇ ਨੈਨੋ ਸੁਰਾਖ ਨੇ ਅੱਗਿਓਂ ਕਿ ਜਿਹੜਾ ਮੋਬਿਲ ਆਇਲ ਆ ਉਹ ਲੰਘ ਨਹੀਂ ਸਕਦਾ। ਜੇ ਇਹਨਾਂ ਜਿਹੜੇ DI ਇੰਜਣ ਨੇ ਉਹਨਾਂ ਦੇ ਵਿੱਚ ਵੀ ਭੁੱਲ ਕੇ ਵੀ ਕਦੇ ਆਹ ਨਾ ਪਾਓ ਜਿਹੜਾ ਤੁਸੀਂ ਮੋਬਿਲ ਆਇਲ ਪਾਉਂਦੇ ਹੋ। ਮੋਬਿਲ ਆਇਲ ਪਾਉਣ ਦਾ ਕੋਈ ਤੁਕ ਨਹੀਂ ਬਣਦਾ, ਇਹਦੇ ਨਾਲ ਕੋਈ ਨਿਊਜ਼ਲਾਂ ਨਹੀਂ ਸਾਫ਼ ਹੁੰਦੀਆਂ, ਕੋਈ ਇਹ 'ਚ ਫਰਕ ਨਹੀਂ ਪੈਂਦਾ, ਮਾੜਾ ਮੋਟਾ ਪਰਫਾਰਮੈਂਸ ਦਾ ਫਰਕ ਪੈ ਸਕਦਾ, ਪਰ ਮਤਲਬ ਇੰਜਣ ਬਹੁਤ ਡੈਮੇਜ, ਆਹ ਸਾਰਾ ਜਿਹੜਾ ਫਿਊਲ ਸਿਸਟਮ ਆ ਉਹ ਡੈਮੇਜ ਹੋਣ ਦਾ ਖਤਰਾ ਬਣਿਆ ਰਹਿੰਦਾ। ਹੁਣ ਕਈ ਬੰਦੇ ਕਹੀ ਜਾਂਦੇ ਨੇ, ਅੱਛਾ ਜੀ ਅਸੀਂ ਤਾਂ ਜੀ ਉਹ ਪੰਪ ਇਹਦੇ ਨਾਲ ਨਰਮਾਈ ਫਟ ਜਾਂਦਾ, ਪੰਪ ਦੀ ਇਹਦੀ ਨਰਮਾਈ ਨਾਲ ਕੀ ਲੈਣਾ ਦੇਣਾ ਭਰਾ ਇਹਦਾ। ਜਿਹੜੇ ਪੰਪ ਦੇ ਪਲੰਜਰ ਨੇ ਉਹ ਤਾਂ ਮੋਬਿਲ ਆਇਲ 'ਚ, ਜਿਹੜਾ ਪੰਪ 'ਚ ਤੇਲ ਆ ਉਹਦੇ ਵਿੱਚ ਹੀ ਚੱਲ ਰਹੇ ਨੇ, ਡੀਜ਼ਲ ਪਾਉਣ ਨਾਲ ਉਹਨਾਂ ਨੂੰ ਕਿਹੜਾ ਵੱਖਰਾ ਸਾਲਾ ਲੁਬਰੀਕੇਸ਼ਨ ਮਿਲ ਜੂਗਾ। ਜਿਹੜਾ ਪੰਪ ਹੈ ਇਨ ਲਾਈਨ ਪੰਪ, ਉਹਦੇ ਜਿਹੜੇ ਪਲੰਜਰ ਨੇ ਉਹ ਮੁਗਲਾਇਲ 'ਚ ਹੀ ਚੱਲਦੇ ਨੇ, ਉਹ ਸੁੱਕੇ ਨਹੀਂ ਚੱਲ ਸਕਦੇ, ਉਹ ਮੁਗਲਾਇਲ 'ਚ ਹੀ ਐਂ ਕਰਦੇ ਨੇ, ਉਹਦਾ ਇੱਧਰੋਂ ਲੁਬਰੀਕੇਸ਼ਨ ਦੇਣ ਦਾ ਉਹਨੂੰ ਕੋਈ ਤੁਕ ਤੰਤਰ ਨਹੀਂ ਬਣਦਾ। ਜਿਹੜਾ ਰੋਟਰ ਪੰਪ ਆ ਉਹਦੇ ਫਲੋਟਿੰਗ ਬਲੇਡ ਹੁੰਦੇ ਨੇ, ਉਹਦਾ ਉਹਨੂੰ ਕੋਈ ਲੁਬਰੀਕੇਸ਼ਨ ਦੀ ਲੋੜ ਨਹੀਂ, ਉਹ ਤਾਂ ਉੜਵੇਂ ਹੀ ਚੱਲਦੇ ਆ, ਫਲੋਟ ਕਰਦੇ ਆ,
ਉਹ ਡੀਜ਼ਲ 'ਚ ਫਲੋਟ ਕਰਦੇ ਨੇ, ਉਹਨਾਂ ਨੂੰ ਵੀ ਮੋਬਿਲ ਆਇਲ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ, ਫਾਇਦਾ ਫੂਦਾ ਨਹੀਂ ਹੋਣ ਲੱਗਿਆ। ਸੋ ਇਸ ਕਰਕੇ ਕੋਈ ਵੀ ਸੱਜਣ ਮਿੱਤਰ ਕਦੇ ਵੀ ਟੈਂਕ 'ਚ ਜਿਹੜਾ ਆਪਾਂ ਡੀਜ਼ਲ 'ਚ ਮੋਬਿਲ ਆਇਲ ਪਾਉਂਦੇ ਹਾਂ ਉਹ ਬਿਲਕੁਲ ਨਾ ਪਾਓ, ਭੁੱਲ ਕੇ ਵੀ ਨਾ ਪਾਓ। ਸੋ ਮੇਰਾ ਖਿਆਲ ਹੋਰ ਤਾਂ ਕੁਛ ਰਹਿ ਨਹੀਂ ਗਿਆ, ਜੇ ਕੁਛ ਰਹਿ ਗਿਆ ਤਾਂ ਦੱਸ ਦਿਓ, ਕਮੈਂਟ ਕਰ ਦਿਓ, ਆਪਾਂ ਵੀਡੀਓ ਦੁਬਾਰੇ ਪਾ ਦਾਂਗੇ। ਮੇਰਾ ਤਾਂ ਇਹੋ ਜਿਹੀਆਂ ਵੀਡੀਓ ਪਾਉਣ ਨੂੰ ਜੀ ਕਰਦਾ ਹੁੰਦਾ, ਉਹ ਜਿਹੜਾ ਡੈਮੋ ਸ਼ੈਮੋ ਵਾਲਾ ਉਹ ਪ੍ਰੋਗਰਾਮ ਸੀ ਉਹ ਲੰਘ ਗਿਆ, ਹੁਣ ਮੈਂ ਨੈਤਿਕਤਾ ਵਾਲੀਆਂ ਅਤੇ ਇਨਫੋਰਮੇਟਿਵ, ਇਹੀ ਮੇਰਾ ਮਨ ਇੱਧਰ ਹੀ ਆ ਬਸ। ਅੱਜ ਲਈ ਇੰਨਾ ਹੀ, ਮਹਾਰਾਜ ਮਿਹਰ ਕਰਨ, ਤੁਹਾਨੂੰ ਖੁਸ਼ੀਆਂ ਦੇਣ, ਸਰਮੱਤ ਦੇਣ, ਪੰਜਾਬ ਉਹੋ ਜਿਹਾ ਪੰਜਾਬ ਬਣੇ ਜਿਹੋ ਜਿਹਾ ਹੁੰਦਾ ਸੀ। ਸੁੰਗੜ ਕੇ ਐਡਾ ਕਰਿਆ ਗਿਆ ਯਾਰ, ਸਤਿ ਸ਼੍ਰੀ ਅਕਾਲ।